ਅਸੀਂ ਹੁਸ਼ਿਆਰਪੁਰ ਜ਼ਿਲ੍ਹਾ ਪਿੰਡ ਮੁੱਖਣੀ ਆਉਣਾ। ਮੈਂ ਪੇਪਰ ਨਹੀਂ ਦਿੱਤੇ ਇੱਧਰ ਨੂੰ ਆ ਗਿਆ, ਇੱਥੇ ਆਉਣ ਬਾਬਾ ਸਾਨੂੰ ਖਿੱਚ ਪਾਉਂਦਾ। ਬਾਬਾ ਗੁਰੂ ਨਾਨਕ ਦੇ 552ਵੇਂ ਪ੍ਰਕਾਸ਼ ਪੁਰਬ ਦੀਆਂ ਤਕਰੀਬਾਤ ਇਸ ਵੇਲੇ ਗੁਰਦੁਆਰਾ ਜਨਮ ਅਸਥਾਨ ਦੇ ਵਿੱਚ ਸ਼ੁਰੂ ਹਨ। ਇੱਥੇ ਦੇਸਾਂ ਵਿਦੇਸਾਂ ਤੋਂ ਜਿਹੜੇ ਮਿੱਤਰ ਪਿਆਰੇ ਆਏ ਹਨ, ਸਾਡੇ ਵੱਡੇ ਸਾਡੇ ਭੈਣਾਂ ਭਰਾ, ਉਹਨਾਂ ਦੇ ਨਾਲ ਅਸੀਂ ਮਿਲ ਰਹੇ ਹਾਂ। ਇਸ ਟਾਈਮ ਸਾਡੇ ਨਾਲ ਇੱਕ ਐਸੇ ਚਾਚਾ ਜੀ ਖੜ੍ਹੇ ਹਨ ਜਿਨ੍ਹਾਂ ਦੇ ਬਾਰੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਹਰ ਸਾਲ ਲੈ ਆਉਂਦੇ ਨੇ, ਇਹ ਹਰ ਸਾਲ ਇੱਥੇ ਕਿਹੜੀ ਚੀਜ਼ ਉਹਨਾਂ ਨੂੰ ਖਿੱਚ ਕੇ ਲੈ ਆਉਂਦੀ ਹੈ? ਇਹਦੇ ਅੰਦਰ ਇੱਕ ਤਾਂ ਡੈਫੀਨੇਟਲੀ ਬਾਬਾ ਗੁਰੂ ਨਾਨਕ ਦਾ ਇੱਥੇ ਜਿਹੜਾ ਜਮਨ ਅਸਥਾਨ ਹੈ, ਉੱਥੇ ਹਰ ਸਿੱਖ ਪਿਆਰਾ ਉੱਥੇ ਲੋਭਦਾ ਹੈ, ਲੋਚਦਾ ਹੈ ਇਸ ਥਾਂ 'ਤੇ ਆਉਣ ਨੂੰ। ਲੇਕਿਨ ਇੱਕ ਹੋਰ ਖਾਸ ਗੱਲ ਵੀ ਇਹਨਾਂ ਨੂੰ ਇੱਥੇ ਲੈ ਕੇ ਆਉਂਦੀ ਹੈ, ਅਤੇ ਇਹਦੇ ਨਾਲ ਨਾਲ ਉਸ ਖਾਸ ਗੱਲ 'ਤੇ ਵੀ ਅੱਜ ਗੱਲ ਕਰਾਂਗੇ। ਅਤੇ ਸਤਿ ਸ਼੍ਰੀ ਅਕਾਲ ਚਾਚਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਆਪਣਾ ਨਾਮ ਦੱਸੋ ਜੀ। ਨਾਮ ਮੇਰਾ ਗੁਰਮੇਲ ਸਿੰਘ। ਅਤੇ ਚਾਚਾ ਜੀ ਕਿੱਥੋਂ ਆਉਣਾ ਹੋਇਆ? ਅਸੀਂ ਹੁਸ਼ਿਆਰਪੁਰ ਜ਼ਿਲ੍ਹਾ ਪਿੰਡ ਮੁੱਖਣੀ ਆਉਣਾ। ਹੁਸ਼ਿਆਰਪੁਰ ਤੋਂ ਆਇਆ ਹੋਇਆ? ਤਾਂ ਹੁਸ਼ਿਆਰਪੁਰੀ ਤਾਂ ਸਾਡੇ ਇੱਥੇ ਵੀ ਦੋਸਤ ਬਹੁਤ ਹਨ। ਹਾਂ ਠੀਕ ਹੈ, ਉਹੀ ਦੋਸਤ ਸਾਡੇ ਬਣ ਗਏ, ਉਹ ਵੀ ਤੁਹਾਡੇ ਬਣ ਗਏ। ਹਾਂ ਚਾਚਾ ਜੀ, ਇਹ ਦੱਸੋ ਵੀ ਇੱਥੇ ਤੁਸੀਂ ਕਿਤਵੀਂ ਵਾਰ ਆ ਰਹੇ ਹੋ? ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਹਰ ਵਾਰ ਹਰ ਸਾਲ ਆਉਂਦੇ ਹੋ। ਮੈਂ ਪਹਿਲੇ ਸਾਲ ਤਾਂ ਸੰਨ 1969 'ਚ ਆਇਆ ਸੀ। ਠੀਕ ਹੈ। ਮੈਂ 9ਵੀਂ ਜਮਾਤ 'ਚ ਪੜ੍ਹਦਾ ਸੀ। ਠੀਕ ਹੈ। ਅਤੇ ਮੈਨੂੰ ਉੱਥੇ ਚਾਹ ਸੀਗਾ ਵੀ ਮੈਂ ਪਾਕਿਸਤਾਨ ਜਾਣਾ, ਨਨਕਾਣਾ ਸਾਹਿਬ ਦੇਖਣਾ। ਤੁਰਿਆ ਅਤੇ 9ਵੀਂ 'ਚ ਮੈਂ ਪੜ੍ਹਦਾ ਸੀ, ਮੈਂ ਪੇਪਰ ਨਹੀਂ ਦਿੱਤੇ ਇੱਧਰ ਨੂੰ ਆ ਗਿਆ। ਸਾਡਾ ਤਾਇਆ ਸਾਡੇ ਬਜ਼ੁਰਗ ਨੂੰ ਗਾਲਾਂ ਕੱਢਣ ਲੱਗ ਪਿਆ, ਕਹਿੰਦਾ ਤੂੰ ਕਿਉਂ ਮੁੰਡੇ ਨੂੰ ਭੇਜਿਆ, ਪੜ੍ਹਾਈ ਖਰਾਬ ਹੁੰਦੀ ਆ। ਕਹਿੰਦਾ ਵੀ ਮੈਨੂੰ ਕਿਹੜਾ ਪੁੱਛਿਆ, ਚਲੇ ਗਿਆ ਅਤੇ ਚਲ ਗਿਆ ਦਰਸ਼ਨ ਨੂੰ ਕੋਈ ਕਹਿੰਦਾ ਤਾਂ ਗਿਆ। ਅਤੇ ਮੈਂ ਸਣਾ 1969 'ਚੋਂ ਪਹਿਲੀ ਵਾਰੀ ਆਇਆ। ਉਹ ਤੋਂ ਬਾਅਦ 5-7 ਸਾਲ ਫਿਰ ਅਟ ਕੇ ਆ, ਫਿਰ ਮੈਂ ਫੈਕਟਰੀ 'ਚ ਲੱਗ ਗਿਆ, ਫੁਗਾੜੇ ਉੱਥੇ ਲਾਏ, ਉਹਦੇ ਵਿੱਚ ਵਿੱਚ ਫਿਰ 1-2 ਵਾਰੀ ਆਇਆ। ਉਹ ਤੋਂ ਬਾਅਦ ਮੈਂ ਰਿਟਾਇਰ ਹੋ ਗਿਆ, ਉਹ ਤੋਂ ਮੈਂ ਹਰ ਸਾਲ ਹੀ ਆਉਣਾ। ਹੁਣ ਮੈਨੂੰ 7 ਸਾਲ ਹੋ ਗਏ ਲਗਾਤਾਰ। 7 ਸਾਲ ਤੁਹਾਨੂੰ ਇੱਥੇ ਲਗਾਤਾਰ ਆਉਂਦਿਆਂ ਨੂੰ ਹੋ ਗਏ, ਕਿਵੇਂ ਦਾ ਲੱਗਦਾ ਹੈ ਇੱਥੇ ਆਉਣਾ? ਇੱਥੇ ਆਉਣਾ ਬਹੁਤ ਚੰਗਾ ਲੱਗਦਾ, ਬਹੁਤ ਸੋਹਣੀ ਖੁਸ਼ਹਾਲੀ ਆ। ਬਾਬੇ ਦਾ ਬੜਾ ਸੋਹਣਾ ਘਰ ਆ, ਇੱਥੇ ਆਉਣ ਨੂੰ ਬਾਬਾ ਸਾਨੂੰ ਖਿੱਚ ਪਾਉਂਦਾ। ਜੇ ਤਾਂ ਅਸੀਂ ਕਹਿੰਦਾ ਨਹੀਂ ਜਾਣਾ ਅਤੇ ਭਾਵੇਂ ਨਾ ਵੀ ਆਉਂਦੇ, ਪਰ ਉੱਥੇ ਚਾਹ ਸੀ ਆਉਣੇ ਦਾ, ਇਸ ਕਰਕੇ ਮਾਇਆ। ਇੱਕ ਸਿੱਖ ਵਾਸਤੇ ਇਹ ਕਿਤਨੀ ਇਹ ਜਿਹੜਾ ਧਾਰਮਿਕ ਅਸਥਾਨ ਹੈ, ਇਹ ਅਹਿਮ ਹੈ, ਇਹ ਇੰਪੋਰਟੈਂਟ ਹੈ, ਇਹ ਕਿਵੇਂ ਲੋਚਦਾ ਇਸ ਥਾਂ 'ਤੇ ਆਉਣ ਵਾਸਤੇ, ਇਹ ਦੱਸੋ। ਇਹ ਤਾਂ ਹੀ ਲੋਚਦਾ ਕਿ ਬਾਬੇ ਚੰਗੇ ਆ, ਸੋਹਣੇ ਆ, ਕੰਮ ਚੰਗੇ ਆ, ਦੁਨੀਆ ਬਹੁਤ ਮੰਨਦੀ ਆ, ਸਾਰੀ ਦੁਨੀਆ ਮੰਨਦੀ ਆ, ਇਸ ਕਰਕੇ ਉੱਥੇ ਸ਼ਾਹ ਜ਼ਿਆਦਾ ਦਿਲ ਚਾਹੁੰਦਾ ਵੀ ਜਾ ਕੇ ਆਈਏ। ਜਿਹੜੇ ਨਹੀਂ ਵੀ ਪਿੱਛੇ ਆਏ ਉਹ ਵੀ ਐਤਕੀ ਮੇਰੇ ਨਾਲ ਆਏ ਵੀ ਅਸੀਂ ਵੀ ਜਾਣਾ ਚਾਹੀਦਾ। ਮੈਂ ਕਿਹਾ ਆਓ, ਮੈਂ ਕਿਹੜਾ ਚੱਕ ਕੇ ਲੈ ਜਾਣਾ, ਬਾਬੇ ਦਰਸ਼ਨ ਕਰੋ, ਉਹ ਵੀ ਬੰਦੇ ਆਏ ਨਾਲ। ਅਤੇ ਵੀਜ਼ਾ ਵਗੈਰਾ ਆਸਾਨੀ ਨਾਲ ਲੱਗ ਜਾਂਦਾ, ਕੋਈ ਮੁਸ਼ਕਲ ਤਾਂ ਨਹੀਂ ਪੈਂਦੀ? ਮੁਸ਼ਕਲ ਨਹੀਂ, ਅਸੀਂ ਪਾਸਪੋਰਟ ਬਣਾ ਕੇ ਵੀਜ਼ਾ ਇੱਥੇ ਕਮੇਟੀ ਨੂੰ ਦੇ ਜਾਈਦਾ ਅੰਮ੍ਰਿਤਸਰ, ਉਹਨੇ ਸਾਡਾ ਵੀਜ਼ਾ ਲਵਾ ਦੇਣਾ। 2 ਮਹੀਨੇ ਤੋਂ ਬਾਅਦ ਸਾਡੀ ਇਨਕੁਆਇਰੀ ਆ ਜਾਣੀ ਪੁੱਛ ਲਓ ਵੀ ਠੀਕ ਆ ਬੰਦੇ, ਫਿਰ ਉਹਨਾਂ ਨੇ ਸਾਨੂੰ ਸੱਦਣਾ ਹੁਸ਼ਿਆਰਪੁਰ ਕਿਸੇ ਗੁਰਦੁਆਰੇ ਵੀ ਵੀਜ਼ੇ ਦੇ ਇੰਨੇ ਪੈਸੇ ਦੇ ਜਾਓ, ਨਾ ਤਾਂ ਫੋਟੋ ਦੇ ਜਾਓ, ਉਹ ਦੇ ਦੇਣੀਆਂ, ਉਹਨੇ ਸਾਨੂੰ ਚਿੱਠੀ ਪਾਉਣੀ ਆ ਵੀ ਤੁਸੀਂ 19 ਤਰੀਕ ਨੂੰ ਇਹ ਉੱਥੇ ਪਹੁੰਚਣਾ ਅੰਮ੍ਰਿਤਸਰ, ਅੰਮ੍ਰਿਤਸਰ 19 ਤਰੀਕ ਨੂੰ ਅਟਾਰੀ ਬਾਰਡਰ ਆਉਣਾ, ਉੱਥੋਂ ਤੁਸੀਂ ਇੰਨੇ ਤੱਕ ਪਹੁੰਚਣਾ, 10 ਦਿਨਾਂ ਦਾ ਵੀਜ਼ਾ ਅਤੇ ਵਿੱਚ ਜੇ ਲੈ ਦਿੰਦੇ ਆ, ਪਹਿਲਾਂ ਤੁਹਾਡਾ ਰਹਿਸ਼ ਹੋਣੀ ਆ ਨਨਕਾਣਾ ਸਾਹਿਬ, ਦੂਸਰਾ ਦੇਖਣ ਜਾਣਾ ਸੱਚਾ ਸੌਦਾ, ਉਹ ਤੋਂ ਬਾਅਦ ਇੱਕ ਰਾਤ ਪੰਜਾ ਸਾਹਿਬ, ਪੰਜਾ ਸਾਹਿਬ ਇੱਕ ਰਾਤ ਬਾਅਦ ਫਿਰ ਜਾਣਾ ਲਾਹੌਰ, ਉੱਥੇ 4 ਦਿਨ ਰਹਿਣਾ, ਸਾਰੇ ਗੁਰਦੁਆਰੇ ਦੇਖਣੇ, ਆਖਰੀ ਦਿਨ ਜਾਣਾ ਕਰਤਾਰਪੁਰ, ਕਰਤਾਰਪੁਰੋਂ ਮੁੜ ਕੇ ਆ ਕੇ ਵਾਪਸੀ ਸਾਡੀ ਲਾਹੌਰ ਵਾਪਸੀ ਪਿੰਡ। ਠੀਕ ਹੈ। ਅਤੇ ਤੁਸੀਂ ਇੱਥੇ ਆਉਂਦੇ ਹੋ, ਤੁਹਾਡੇ ਸੁਣਿਆ ਬੜੇ ਯਾਰ ਬੇਲੀ ਵੀ ਬੜੇ ਹਨ ਜਿਹੜੇ ਤੁਹਾਡੇ ਨਾਲ ਦਿਲੀ ਪਿਆਰ ਕਰਦੇ ਹਨ, ਅਤੇ ਇੱਥੇ ਪੰਜਾਬੀ ਆਪਸ 'ਚ ਜਦੋਂ ਜਫੀਆਂ ਪਾਉਂਦੇ ਹਨ ਅਤੇ ਉਹ ਮੁਹੱਬਤਾਂ ਵੇਖਣ ਵਾਲੀਆਂ ਆਉਂਦੀਆਂ ਹਨ, ਕੋਈ ਦੱਸੋ ਕਿਵੇਂ ਇੱਥੋਂ ਦੇ ਦੋਸਤ ਯਾਰ ਬਣੇ
ਤੇ ਜਿਵੇਂ ਮੁਨੀਰ ਹੁਸ਼ਿਆਰਪੁਰੀ ਦਾ ਜ਼ਿਕਰ ਹੋ ਰਿਹਾ ਸੀ, ਕਿਵੇਂ ਸਾਰੇ ਇਹਨਾਂ ਦਾ ਮਿਲਣ ਕਿਵੇਂ ਹੋਇਆ? ਇਹਨਾਂ ਦਾ ਮਿਲਣ ਇੱਦਾਂ ਹੋਇਆ, ਇੱਥੇ ਦੋਵੇਂ ਬੇਟਾ ਬਾਪ ਖੜ੍ਹੇ ਸੀ, ਇਹ ਕਿਤਾਬਾਂ ਦੇ ਕੰਮ ਕਰਦਾ ਸੀ। ਇਹਨੇ ਮੈਨੂੰ ਪੁੱਛਿਆ ਤੁਸੀਂ ਅੰਕਲ ਜੀ ਕਿੱਥੋਂ ਆਏ? ਮੈਂ ਕਿਹਾ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ। ਕਹਿੰਦਾ ਅਸੀਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਂ। ਇਹਨੇ ਮੈਨੂੰ ਜੱਫੀ ਪਾ ਲਈ ਕੋਟੀ, ਸਾਡਾ ਪਿਆਰ ਹੋ ਗਿਆ। ਉਹ ਤੋਂ ਬਾਅਦ ਦੂਏ ਸਾਲ ਆਇਆ, ਤੀਏ ਸਾਲ ਆਇਆ, ਇਹਦੇ ਵਾਸਤੇ ਮੈਂ ਕੁਛ ਸੋਹਣਾ ਤੋਹਫਾ ਲਿਆਇਆ। ਫਿਰ ਮੈਂ ਪੁੱਛਿਆ ਜੇ ਡੈਡੀ ਦਾ ਕੀ ਹਾਲ ਆ? ਕਹਿੰਦਾ ਬਾਬਾ ਉਹ ਤਾਂ ਪਿਛਲੇ ਸਾਲ ਪੂਰਾ ਹੋ ਗਿਆ, ਬਹੁਤ ਮਾੜਾ ਕੰਮ ਹੋਇਆ। ਮੈਂ ਉਹਦੇ ਲਈ ਵੀ ਉੱਥੇ ਛਾਲ ਲਿਆਇਆ ਸੀ, ਪਰ ਚਲੋ ਕੋਈ ਗੱਲ ਨਹੀਂ। ਉਹ ਤੋਂ ਬਾਅਦ ਫਿਰ ਮੈਂ ਲਗਾਤਾਰ ਹੀ ਆਉਂਦਾ, ਇਹਦਾ ਪਿਆਰ ਹੈ ਮੈਨੂੰ, ਪਿੰਡ ਵੀ ਫੋਨ ਕਰਦਾ ਰਹਿੰਦਾ ਮਹੀਨੇ 'ਚ ਦੋ ਵਾਰੀ, ਅਤੇ ਮੈਂ ਵੀ ਕਰਦਾ ਰਹਿੰਦਾ। ਸਾਡਾ ਬੇਟਾ ਇਸ ਬੇਟੇ ਵਾਂਗੂ ਆ, ਉਹ ਸੋਨਲੀਕਾ ਕੰਮ 'ਤੇ ਜਾਂਦਾ, ਉਹਦੇ ਕੋਲ ਵੱਡਾ ਮੋਬਾਈਲ ਆ, ਉਹ ਪੁੱਛਦਾ ਰਹਿੰਦਾ ਇਹਨੂੰ, ਸਾਡੇ ਬੇਟੇ ਨੂੰ, ਮਨੀਰ ਬਈ ਬਾਬੇ ਨਾਲ ਗੱਲ ਕਰਾ। ਆਪਣੀ ਗੱਲ ਉਹ ਕਰ ਲੈਂਦਾ, ਮੇਰੀ ਵਾਰੀ ਕਹਿੰਦਾ ਬਾਬਾ ਗਿਆ ਖੇਤਾਂ ਨੂੰ, ਕਿੱਦਾਂ ਕਹਿੰਦਾ। ਅਤੇ ਜਦੋਂ ਮੈਂ ਆਵਾਂ ਫਿਰ ਮਨੀਰ ਮੇਰੇ ਨਾਲ ਗੱਲ ਕਰ ਵੀ ਲੈਂਦਾ। ਹੁਣ ਮੈਂ ਪਰਸੋਂ ਵੀ ਕੀਤੀ, ਚੌਥ ਵੀ ਕੀਤੀ, ਅੱਜ ਸਵੇਰੇ ਫਿਰ ਆ ਕੇ ਕੀਤੀ, ਆ 12 ਕੁ ਵਜੇ ਫਿਰ ਕੀਤੀ, ਹੁਣ ਤੁਹਾਨੂੰ ਭੇਜਿਆ ਮੈਂ। ਬਿਲਕੁਲ ਇਸੇ ਤਰ੍ਹਾਂ ਹੀ ਆ ਜੀ। ਅਤੇ ਇਹ ਕਿਵੇਂ ਦਾ ਲੱਗਦਾ ਜਿਹੜੇ ਜੀ ਜੀ ਮੈਂ ਪੁੱਛਦੀ ਹਾਂ ਕਿ ਇਹ ਜਿਹੜੀ ਇੱਕ ਵਿਛੜੇ ਹੋਏ ਸਨ, ਇਹ ਤੁਹਾਡੇ ਆਉਣ ਦੀ ਵਜ੍ਹਾ ਤੋਂ ਉਹ ਮਿਲ ਲੈਂਦੇ ਹਨ, ਅਤੇ ਉਹ ਕੋਈ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੁੰਦੀਆਂ ਹਨ, ਜਿਵੇਂ ਉਹਨਾਂ ਦਾ ਹੁਸ਼ਿਆਰਪੁਰ ਹੈ, ਉਹ ਹੁਸ਼ਿਆਰਪੁਰ ਤੋਂ ਆਇਆ ਸੀ, ਅਤੇ ਉਹ ਕੋਈ ਪੁਰਾਣੀਆਂ ਗੱਲਾਂ ਹੁੰਦੀਆਂ ਹਨ ਬਜ਼ੁਰਗਾਂ ਦੇ? ਉਹ ਪੁਰਾਣੀ ਗੱਲਾਂ ਤਾਂ ਸਾਡੇ ਬਜ਼ੁਰਗਾਂ ਦੀਆਂ, ਸਾਡੇ ਵੀਰ 14 ਚੱਕ ਰਹਿੰਦੇ ਹੁੰਦੇ। ਸਾਡਾ ਬਾਬਾ ਜਦੋਂ ਮੈਂ ਪਹਿਲੇ ਸਾਲ ਨੱਤਰ 'ਚ ਆਇਆ, ਬਾਬਾ ਸਾਡਾ ਕਹਿੰਦਾ ਹੁੰਦਾ ਸੀ ਮੈਂ ਤੇਰੇ ਨਾਲ ਜਾਣਾ ਪਾਕਿਸਤਾਨ। ਮੈਂ ਕਿਉਂ? ਕਹਿੰਦਾ ਜ਼ਰੂਰੀ ਕੰਮ ਆ। ਮੈਂ ਕਿਹਾ ਮੈਨੂੰ ਦੱਸ ਦੇ। ਕਹਿੰਦਾ ਸਾਡਾ ਪਿੰਡ 14 ਚੱਕ ਆ, ਉੱਥੇ ਜਾ ਕੇ ਦੇਖ ਕੇ ਆਵੀਂ, ਬੜੀ ਵੱਡੀ ਸਾਡੀ ਸਰਾਂ ਆ, ਘਰ ਆ, ਜ਼ਮੀਨ ਸਾਡੀ ਬੜੀ ਆ, ਜ਼ਮੀਨ ਦੇ ਵਿੱਚ ਅੰਬ ਆ, ਅੰਬ ਤੋਂ ਇੰਨੀਆਂ ਕਰਮਾਂ ਲਾ ਕੇ ਇੱਕ ਗਾਗਰ ਦੇ ਵੀ ਪੈਸੇ ਦੇ ਕੱਢ ਕੇ ਲਿਆ। ਮੈਂ ਕਿਹਾ ਮੈਨੂੰ ਕਿੱਥੇ ਕੱਢਣ ਦੇਣੀ ਉਹਨਾਂ ਨੇ? ਨਾ ਮੈਂ ਕੋਈ ਜਾਏ ਹੋਣਾ। ਅਤੇ ਇੱਦਾਂ ਸਾਡਾ ਬਾਬਾ ਕਹਿੰਦਾ ਹੁੰਦਾ ਸੀ, ਅਤੇ ਜਲ ਮੇਰਾ ਉੱਧਰ ਲਾਇਆ, ਅਤੇ ਬਾਕੀ ਸਾਡੇ ਬਾਪ ਇੱਧਰੋਂ ਉੱਧਰ ਚਲ ਗਿਆ ਸੀ, ਉੱਧਰਲੇ ਬੰਦੇ ਇੱਧਰ ਆ ਗਏ। ਫਿਰ ਤੁਸੀਂ ਪਿੰਡ ਗਏ ਜਾਂ ਨਹੀਂ ਗਏ? ਨਹੀਂ, ਪਿੰਡ ਨਹੀਂ ਗਏ, ਬੜੀ ਕੋਸ਼ਿਸ਼ ਕੀਤੀ, ਸਾਨੂੰ ਲਾਊਡ ਨਹੀਂ ਜਾਣਾ ਪਿੰਡ, ਗਾਗਰ ਉੱਥੇ ਦੀ ਉੱਥੇ ਰਹਿ ਗਈ। ਮੈਂ ਤੁਹਾਨੂੰ ਦੱਸਦਾ, ਜਦੋਂ ਸਾਡੇ ਹੱਥੇ ਵਿੱਚ ਆਇਆ, ਸਾਡੇ ਇੱਕ ਨਾ ਹਰਿਆਣੇ ਦਾ ਬੰਦਾ ਸੀਗਾ ਬਜ਼ੁਰਗ, ਉਹ ਮੈਨੂੰ ਉਹ ਵੀ 14 ਚੱਕਦਾ ਸੀ, ਮੈਨੂੰ ਕਹਿੰਦਾ ਚੱਲ ਕਾਕਾ ਆਪਣੇ ਪਿੰਡ ਚਲੀਏ। ਮੈਂ ਕਿਹਾ ਸਾਨੂੰ ਤਾਂ ਭਾਈਆ ਜਾਣਾ ਲਾਊਡ ਨਹੀਂ। ਕਹਿੰਦਾ ਲਾਊਡ ਕੀ ਹੁੰਦਾ? ਮੈਂ ਕਿਹਾ ਤੈਨੂੰ ਪਤਾ ਨਹੀਂ, ਕਿਤੇ ਗਾਜਰਾਂ ਮੂਲੀਆਂ ਹੁੰਦੀਆਂ। ਵੀ ਲਾਊਡ ਦਾ ਇਹ ਮਤਲਬ ਆ, ਸਾਨੂੰ ਗੌਰਮੈਂਟ ਨੇ ਜਾਂ ਗੁਰਦੁਆਰੇ ਨੇ ਕਮੇਟੀ ਨੂੰ ਚਿੱਠੀ ਦਿੱਤੀ ਵੀ ਤੁਸੀਂ ਪਿੰਡ ਜਾਓ? ਕਹਿੰਦਾ ਨਹੀਂ। ਮੈਂ ਕਿਹਾ ਫੇਕ ਹੋ ਜਾਣਾ? ਕਹਿੰਦਾ ਸਾਨੂੰ ਮੋਇਆ ਪੁੱਛਦਾ, ਅਸੀਂ ਰਾਤ ਸੌਂ ਗਏ, ਉਹ ਰਾਤ ਉੱਠਿਆ ਚਲੇ ਗਿਆ। ਆ ਬਾਹਰਲੇ ਮੈਂ ਤਹਿਸੀਲ ਹੈ ਨਾ, ਤਹਿਸੀਲ ਦੇ ਨਾਲ ਲੈਣ ਆ ਗੱਡੀ ਦੀ, ਉੱਥੇ ਮੇਡੀ ਵਾਲੇ ਬੈਠੇ ਸੀ। ਉਹ ਗਿਆ, ਜਿੰਨੀ ਕੁ ਦੂਰ ਆ ਗੇਟ ਆ, ਉਹ ਮੇਡੀ ਵਾਲੇ ਕਹਿੰਦੇ ਭਾਈ ਕੌਣ ਆ ਤੂੰ? ਖੜਾ ਹੋ ਜਾ ਇੱਥੇ ਹੀ, ਆਪਣੇ ਦੋਨੇ ਹੱਥ ਉੱਪਰ ਕਰ। ਹੁਣ ਦੋਨੇ ਉੱਪਰ ਕਰ ਲੈ, ਮੇਡੀਆ ਕੋਲ ਚਲੇ, ਹੱਸ ਪਏ। ਭਾਈਆ ਕਿੱਥੇ ਚੱਲਿਆ? ਕਹਿੰਦਾ ਜੀ ਮੈਂ ਆਪਣੇ 14 ਚੱਕ ਦੇਖਣ। ਕਹਿੰਦਾ ਤੈਨੂੰ ਲੋਟ ਆ ਜਾਣਾ, ਚਿੱਠੀ ਦਿੱਤੀ ਤੈਨੂੰ ਗੌਰਮੈਂਟ? ਕਹਿੰਦਾ ਐਂ ਜੀ। ਕਹਿੰਦਾ ਤੂੰ ਕਿਉਂ ਆ? ਅਸੀਂ ਕਹਿੰਦਾ ਤੈਨੂੰ ਨਾ ਖੜਾ ਕਰਦੇ, ਅਸੀਂ ਤੇਰੇ ਗੋਲੀ ਮਾਰ ਦਿੰਦੇ ਤਾਂ ਤੈਂ ਮਰ ਜਾਣਾ ਸੀ, ਤੇਰੀ ਗੌਰਮੈਂਟ ਨੇ ਸਾਡੇ ਕੋਲ ਬੰਦਾ ਮੰਗਣਾ ਸੀ, ਅਸੀਂ ਕਿੱਥੋਂ ਦੇਣਾ ਸੀ? ਉਹ ਫਿਰ ਕਹਿੰਦਾ ਇੱਦਾਂ ਕਰ ਤੂੰ, ਤੈਨੂੰ ਅਸੀਂ ਕਹਿਣਾ ਕੁਛ ਨਹੀਂ, ਜਿੱਦਾਂ ਆਇਆ ਤਾਂ ਇੱਦਾਂ ਚੱਲ ਜਾ। ਆ ਗਿਆ, ਰਾਤ ਲੰਮਾ ਪੈ ਗਿਆ, ਸਵੇਰੇ ਉੱਠ ਕੇ ਮੈਨੂੰ ਦੱਸੇ ਵੀ ਮਹੀਨਾ ਰਾਤ ਆਹ ਬੀਤੀ ਆ। ਮੈਂ ਕਿਹਾ ਪੈ ਤੈਨੂੰ ਦੱਸਿਆ ਸੀ ਵੀ ਨਹੀਂ ਜਾਣਾ ਤੂੰ? ਮੈਂ ਕਿਹਾ ਮਰਨਾ ਸੀ ਤਾਂ ਮੈਨੂੰ ਵੀ ਮਰਾ ਦੇ ਜੇ ਮੈਂ ਨਾ ਜਾਂਦਾ। ਅਤੇ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।